ਗੁਰੂ ਰੂਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰੋਫੈਸਰ ਪੂਰਨ ਸਿੰਘ ਜੀ ਨੇ ਇੱਕ ਥਾਈਏ ਦਰਸਾਇਆ ਹੈ ਕਿ ਆਤਮਕ ਮੰਡਲ ਕਿਹਨਾ ਵਿਅਕਤੀਆਂ ਲਈ ਪ੍ਰਕਾਸ਼ਮਾਨ ਹੁੰਦੇ ਹਨ ਤੇ ਦੂਸਰੀ ਗੱਲ ਇਹ ਗੁਰੂ ਦੇ ਰੂਪ ਵਿੱਚ ਸਾਨੂੰ ਕਿਹਨਾ ਦੇ ਦਰਸ਼ਨ ਹੁੰਦੇ ਹਨ ਆਓ ਪਿਆਰ ਨਾਲ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ ਆਤਮਕ ਮੰਡਲ ਤਾਂ ਕੇਵਲ ਉਸ ਵਿਅਕਤੀ ਲਈ ਹੀ ਪ੍ਰਕਾਸ਼ਮਾਨ ਹੁੰਦੇ ਹਨ ਜਿਸ ਦੇ ਨੈਣ ਗੁਰੂ ਦੀ ਸੂਰਤ ਨੂੰ ਨਿਹਾਰਦੇ ਹਨ ਗੁਰੂ ਦੇ ਰੂਪ ਵਿੱਚ ਸਭ ਅਬਨਾਸੀ ਆਤਮਾਵਾਂ ਸਿੱਖ ਨੂੰ ਆ ਕੇ ਮਿਲਦੀਆਂ ਹਨ ਹਾਂਜੀ ਫਿਰ ਦੁਹਰਾ ਦਿਓ ਕਿ ਆਤਮਕ ਮੰਡਲ ਤਾਂ ਕੇਵਲ ਉਸ ਵਿਅਕਤੀ ਲਈ ਹੀ ਪ੍ਰਕਾਸ਼ਮਾਨ ਹੁੰਦੇ ਹਨ ਜਿਸ ਦੇ ਨੈਣ ਗੁਰੂ ਦੀ ਸੂਰਤ ਨੂੰ ਨਿਹਾਰਦੇ ਹਨ ਗੁਰੂ ਦੇ ਰੂਪ ਵਿੱਚ ਸਭ ਅਬਨਾਸੀ ਆਤਮਾਵਾਂ ਸਿੱਖ ਨੂੰ ਆ ਕੇ ਮਿਲਦੀਆਂ ਗੁਰੂ ਦੇ ਸਰੂਪ ਵਿੱਚ ਅਨੇਕ ਬ੍ਰਹਿਮੰਡਾਂ ਦੇ ਜੀਵਨ ਸਰੋਤ ਵਿਦਮਾਨ ਹਨ ਗੁਰੂ ਲਈ ਜੀਵਣਾ ਹੀ ਅਸਲੀ ਜੀਵਨ ਹੈ ਆਪਣੇ ਲਈ ਜੀਵਣਾ ਤਾਂ ਸਰੀਰ ਦੇ ਜਲਨ ਸਮਾਨ ਹੈ ਹਾਂਜੀ ਫਿਰ ਦੁਹਰਾ ਦਈਏ ਕਿ ਗੁਰੂ ਲਈ ਜੀਵਣਾ ਹੀ ਅਸਲੀ ਜੀਵਨ ਹੈ ਆਪਣੇ ਲਈ ਜੀਵਣਾ ਤਾਂ ਸਰੀਰ ਦੇ ਜਲਨ ਸਮਾਨ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ